क्या हाल चाल ने आरजू गैंग की तरफ से अखिलेश शाह तुहाडे नाल गल करना पिया वा। हां जी बाबा जी की भाव लग्या तुसी कहिंदा नयाब तोहफा दिखाण लगा जिहड़ा सानू इस टाइम दरिया दे विचों अज बरामद होया। ठीक है, ये तकरीबन अज तो 1400-1300 साल पहले का वट्टा है। ਐਦਾਂ ਵਹਿੰਦੇ ਪਏ ਹੋ ਇਹ ਸਿਕੰਦਰ ਆਜ਼ਮ ਜ਼ੁਲਕਰਨੈਨ ਦੇ ਘੋੜੇ ਇਸ ਦਰਿਆ ਦੇ ਵਿੱਚੋਂ ਗੁਜ਼ਰਦੇ ਪਏ ਹਨ। ਇਹ ਉਹਨਾਂ ਨੇ ਇੱਥੇ ਕੈਂਪ ਲਾਏ ਸਨ। ਅੱਛਾ ਜੀ, ਇਹ ਉਹ ਵੱਟਾ ਉਸ ਟਾਈਮ ਦਾ ਵੱਟਾ ਉਹਨਾਂ ਵਜ਼ਨ ਤੋਲਣ ਵਾਸਤੇ ਰੱਖਿਆ ਸੀ, ਸੋਨੇ ਤਲਾਸ਼ ਹੋਏ ਨਿਕਲੇ ਸਨ। ਅੱਛਾ ਜੀ, ਇਹ ਦਰਿਆ ਦੇ ਵਿੱਚ ਡਿੱਗ ਪਿਆ, ਇਹ ਸਾਨੂੰ ਅੱਜ ਲੱਭਿਆ ਸੀ, ਮੱਛੀ ਫੜਦੇ ਪਏ ਸਾਂ, ਉਹਦੇ ਵਿੱਚੋਂ ਬਰਾਮਦ ਹੋਇਆ। ਅੱਛਾ ਜੀ, ਬੜਾ ਨਯਾਬ ਹੈ। ਸਾਰੇ ਕਦੀਮੇ ਵਾਲਿਆਂ ਨੂੰ ਅਸੀਂ ਬਾਬਾ ਜੀ ਕਦੀ ਵੇਖੇ ਨਹੀਂ, ਸਾਰੇ ਕਦੀਮਾ ਵਾਲਿਆਂ ਨੂੰ ਗੁਜ਼ਾਰਿਸ਼ ਕਰਨਾ, ਅਗਰ ਮੇਰਾ ਹੀ ਮੂਵੀ ਵੇਂਦੇ ਪਏ ਨੇ ਇਹ ਵੱਟੇ ਨੂੰ ਜ਼ਰੂਰ ਲੈ ਕੇ ਜਾਣ ਮੇਰੇ ਕੋਲ ਆ ਕੇ। ਇਹ ਬੜੀਆਂ ਹਿੰਮਤਾਂ ਨਾਲ, ਬੜੀਆਂ ਜੁਰਤਾਂ ਨਾਲ ਚਾਰ ਬੱਚਿਆਂ ਨੇ ਮਿਹਨਤ ਨਾਲ ਇਹ ਵੱਟੇ ਨੂੰ ਵਿੱਚੋਂ ਕੱਢਿਆ। ਇਹ ਇਸ ਟਾਈਮ ਤਕਰੀਬਨ ਉੱਤੇ ਇਹਦੇ ਲਿਖੀ ਹੋਈ ਹੈ ਡੇਟ, ਅਗਰ ਮੇਰਾ ਕੈਮਰਾਮੈਨ ਦਿਖਾ ਸਕੇ, ਰਾਤ ਦਾ ਵਕਤ ਤੇ ਨਜ਼ਰ ਨਹੀਂ ਸਹੀ ਆ ਰਿਹਾ। ਇਹ ਪੁਰਾਣਾ ਵੱਟਾ, ਇਹ 1300 ਸਾਲ ਪੁਰਾਣੀ ਇਹਦੇ ਉੱਤੇ ਲਿਖੀਚੀ ਹੋਈ ਹੈ, ਸਨ 8 ਜਰੀ ਦਾ ਵੱਟਾ ਆ ਜਿਹੜਾ। ਅੱਛਾ ਜੀ, ਉਸ ਤੋਂ ਬਾਅਦ ਅੱਜ ਸਾਨੂੰ ਲੱਭਿਆ। ਅਤੇ ਹਰ ਇੱਕ ਦੀ ਮੈਂ ਵਾਸਤੇ ਗੁਜ਼ਾਰਿਸ਼ ਹੈ ਕਿ ਵੱਟੇ ਨੂੰ ਖਰੀਦਣ ਸਾਡੇ ਕੋਲੋਂ, ਅਤੇ ਸਾਡੀ ਮਿਹਨਤ ਦਾ ਉਜਰਤ ਦਾ ਸਿਰਾ ਦੇਣ। ਅਸੀਂ ਇਹ ਗਰੀਬ ਆਦਮੀ ਹਾਂ, ਮਿਹਨਤ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦੇ ਪਏ ਹਾਂ, ਅਤੇ ਸਾਡਾ ਮਕਸਦ ਇਹ ਹੀ ਹੈ ਕਿ ਵੱਟਾ ਸਾਡੇ ਕੋਲ ਖਰੀਦਿਆ ਜਾਵੇ। ਹੋਰ ਵੀ ਚੀਜ਼ਾਂ ਤੁਸੀਂ ਖਰੀਦ ਦਿਓ, ਕਰਮ ਵਾਲੇ ਵੱਟਾ ਖਰੀਦ ਕੇ ਵੇਖੋ, ਬੜਾ ਪੁਰਾਣਾ। ਤੁਸੀਂ ਇਹ ਅਜਾਇਬ ਘਰ 'ਚ ਰੱਖੋਗੇ, ਤੁਹਾਡੇ ਫੈਮਿਲੀ 'ਚ ਦੇਖਣ ਆਉਣਗੀਆਂ ਲੋਕਾਂ ਦੀਆਂ, ਅਤੇ ਯਾਦ ਕਰਨਗੀਆਂ ਕਿੱਥੋਂ ਲਿਆਂਦਾ ਹੈ ਇਹ ਬਿੰਦੇ ਪੇ। ਵਾ ਪੁਰਾਣਾ ਵੱਟਾ, ਇਹਨੂੰ ਸਲਾਖ ਸੀ, ਇਹ ਬਿੰਦੇ ਪੇ ਦੇ ਵਿੱਚ ਹੀਰਾ ਲੱਗਾ ਸੀ, ਉਹ ਕਿਤੇ ਡਿੱਗ ਪਿਆ ਵਿੱਚ ਹੀ। ਅੱਛਾ ਜੀ, ਇਹਦੇ ਵਿੱਚ ਫਿੱਟ ਹੋਇਆ ਸੀ, ਉਹ ਕਿਤੇ ਦਰਿਆ 'ਚ ਡਿੱਗ ਪਿਆ, ਉਹ ਨਹੀਂ ਸਾਨੂੰ ਲੱਭਿਆ, ਮੱਛੀ ਖਾ ਗਈ ਹੈ। ਇਹ ਵੱਟਾ ਸਾਨੂੰ ਲੱਭਿਆ, ਇਹ ਬਰਾਏ ਮਿਹਰਬਾਨੀ ਮੇਰੀ ਮੂਵੀ ਵਹਿੰਦੇ ਪਏ ਹੋ, ਇਹ ਵੱਟਾ ਜਿਹਨੂੰ ਮੱਛੀ ਲੱਭੇ ਉਹਦੇ ਹੀਰੇ ਨਿਕਲੇਗਾ ਜ਼ਰੂਰ। ਹਾਂ, ਮੱਛੀਆਂ ਵੀ ਲਿਆਂਦੀਆਂ, ਮੱਛੀਆਂ ਚੇਕ ਮਾਰ ਕੀਤਾ ਜੀ, ਚ ਹੀਰਾ ਖਾਦਾ ਮੱਛੀ ਨੇ, ਉਹ ਮੱਛੀ ਲੱਭਦੇ ਰਹੇ ਨਾ ਅਸੀਂ, ਆ ਵੇਖਣਾ ਮੱਛੀ ਲਿਆਂਦੀਆਂ ਲੱਭ ਕੇ, ਕਿਸੇ ਦੇ ਪੇਟ 'ਚ ਬਰਾਮਦ ਨਹੀਂ ਹੋਇਆ। ਅੱਛਾ ਅੱਛਾ, ਜਿਸ ਬੰਦੇ ਨੂੰ ਬਰਾਮਦ ਹੋਇਆ ਉਹ ਅਮੀਰ ਹੋ ਜਾਏਗਾ। ਦੇਖੋ, ਲੱਭ ਗਿਆ ਉਹ ਕਾਮਯਾਬ ਹੋ ਗਿਆ, ਅਸੀਂ ਤਾਂ ਕੋਸ਼ਿਸ਼ ਕਰਦੇ ਰਹੇ ਸਾਨੂੰ ਤਾਂ ਵੱਟਾ ਲੱਭਿਆ, ਹੀਰਾ ਦੇ ਨਾਲ ਫਿੱਟ ਸੀ, ਮੱਛੀਆਂ ਵੀ ਫਟ ਫਟ ਕਿਸੇ ਮਕਸਦ ਨਾਲ ਲਿਆਂਦੇ ਹਾਂ, ਸ਼ਾਇਦ ਕਿਸੇ ਮੱਛੀ ਦੇ ਢਿੱਡ ਦੇ ਵਿੱਚੋਂ ਨਿਕਲ ਆਵੇ। ਹਾਂਜੀ, ਪੇਟ ਚੈੱਕ ਕਰੋ, ਪੇਟ ਚੈੱਕ ਕਰਾਂਗੇ, ਜਿਹੜੀ ਮੱਛੀ ਫੜੋ ਉਹਦਾ ਪੇਟ ਚੈੱਕ ਕਰੋ। ਇਹ ਦਰਿਆ ਅਬਦੁਲ ਹਕੀਮ ਦਾ ਇਲਾਕਾ ਜੇ ਕਬੀਰ ਵਾਲੇ ਦਾ, ਉੱਥੇ ਦਰਿਆ ਦੇ ਵਿੱਚ ਅਸੀਂ ਕਟਾਈ ਕਰਨੇ ਪਏ ਗੰਦਮ ਦੀ, ਅਤੇ ਅਸੀਂ ਅੱਜ ਅਜ਼ਾਫੀ ਵਕਤ ਕੱਢ ਕੇ ਚਾਚਾ ਇਹ ਮਿਹਨਤ ਨਾਲ ਮੱਛੀ ਫੜੀਏ, ਅਤੇ ਅਸੀਂ ਵਿੱਚੋਂ ਵੱਟਾ ਲੱਭਿਆ। ਇਹ ਤੁਹਾਡੇ ਵਾਸਤੇ ਖਸੂਸੀ ਤੋਹਫਾ, ਇਹਦੇ ਨਾਲ ਤੁਸੀਂ ਸੰਭਾਲ ਕੇ ਰੱਖੋ, ਅਜਾਇਬ ਘਰ ਚਿੜੀਆ ਘਰ 'ਚ ਰੱਖੋ, ਭਾਵੇਂ ਜਾਂ ਤੁਸੀਂ ਲਾਹੌਰ ਦਾ ਜਿਹੜਾ ਸਭ ਤੋਂ ਵੱਡਾ ਕਿਲ੍ਹਾ ਹੈ ਉਹਦੇ ਵਿੱਚ ਰੱਖ ਸਕਦੇ ਹੋ। ਠੀਕ ਹੈ, ਮਿਹਰਬਾਨੀ, ਸ਼ੁਕਰੀਆ।